Good afternoon, everyone. Okay, ਅੱਜ ਤੁਹਾਡੇ ਨਾਲ ਲਾਈਵ ਹੋਣ ਦੇ ਦੋ ਮਕਸਦ, ਇੱਕ ਤਾਂ ਜਦ ਵੀ ਅਸੀਂ ਲਾਈਵ ਕਰਦੇ ਹਾਂ ਤੇ ਬਹੁਤ ਸਾਰੇ ਮੇਲਸ ਇਨਕੁਆਇਰੀਜ਼ ਆਣੀਆਂ ਸ਼ੁਰੂ ਹੋ ਜਾਂਦੀਆਂ ਰਿਗਾਰਡਿੰਗ ਦ ਕੁਐਸਚਨਸ ਦੈਟ ਯੂ ਐਜ਼ ਅ ਕਲਾਇੰਟ ਵਾਂਟ ਟੂ ਆਸਕ ਟੂ ਦ ਕੰਸਲਟੈਂਟ। ਤਾਂ ਅੱਜ ਦਾ ਮੈਂ ਬੜਾ ਸ਼ਾਰਟ ਐਂਡ ਸਵੀਟ ਲਾਈਵ ਰੱਖਾਂਗੇ। ਟੌਪ 3 ਕੁਐਸਚਨਸ ਜਿਹੜੇ ਸਾਨੂੰ ਪੁੱਛੇ ਗਏ ਨੇ ਪਿਛਲੇ 2 ਦਿਨਾਂ ਦੇ ਵਿੱਚ ਥਰੂ ਡਿਫਰੈਂਟ ਮੀਡੀਅਮਸ, ਇਟ ਕੈਨ ਬੀ ਫੇਸਬੁੱਕ, ਈਮੇਲ, ਟੈਲੀਫੋਨ ਔਰ ਯੂ ਨੋ ਇੰਸਟਾਗ੍ਰਾਮ ਦੇ ਵਿੱਚ ਮੈਸੇਜਸ। ਬੜਾ ਸਵੀਟ 3 ਸਵਾਲ ਜਿਹੜੇ ਰੈਪੀਟੀਸ਼ਨ ਮੋਡ ਤੇ ਸਾਡੇ ਕੋਲ ਆਏ, ਸੋ ਆਈ ਥੋਟ ਤੁਹਾਡੇ ਨਾਲ ਸ਼ੇਅਰ ਕਰਕੇ ਉਹਨੂੰ ਇੱਕ ਵਾਰ ਐਡਰੈਸ ਕਰ ਦਿੱਤਾ ਜਾਵੇ, ਸੋ ਦੈਟ ਯੂ ਕੈਨ ਗੈਟ ਇਨਸਾਈਟ ਆਫ ਦੈਟ। ਪਹਿਲਾ ਸਵਾਲ ਹੈਗਾ ਕੈਨੇਡਾ ਵਾਸਤੇ। ਕੈਨੇਡਾ ਦਾ ਇਹਨਾਂ ਦਾ ਓਪਨ ਵਰਕ ਪਰਮਿਟ ਵੀਜ਼ਾ ਰਿਫਿਊਜ਼ ਹੋਇਆ। ਵਾਈਫ PG ਡਿਪਲੋਮਾ HRM ਕਰਦੇ ਪਏ ਆ ਕੈਨੇਡਾ ਦੇ ਵਿੱਚ। ਫਾਈਲ ਲੱਗੀ ਸੀ ਫੈਬਰਰੀ ਨੂੰ, ਦੈਟ ਮੀਨ ਰੂਲ ਚੇਂਜ ਹੋਣ ਤੋਂ ਪਹਿਲਾਂ। ਹੁਣ ਤੁਹਾਨੂੰ ਯਾਦ ਹੋਏਗਾ 19 ਮਾਰਚ ਨੂੰ ਰੈਗੂਲੇਸ਼ਨ ਆਇਆ ਸੀਗਾ ਦੈਟ ਸੇਜ਼ ਦੈਟ ਹੁਣ ਕੋਈ ਵੀ ਸਪਾਊਸ ਵੀਜ਼ਾ ਜੇ ਕਿਸੇ ਨੇ ਅਪਲਾਈ ਕਰਨਾ, ਓਪਨ ਵਰਕ ਪਰਮਿਟ ਡਿਪੈਂਡੈਂਟ ਕਰਨਾ ਹੈ, ਤਾਂ ਘੱਟੋ ਘੱਟ ਮਾਸਟਰਸ ਲੈਵਲ ਦੀ ਪੜ੍ਹਾਈ ਤੇ ਤੁਸੀਂ ਜਾਣੇ ਚਾਹੀਦੇ ਹੋ। ਤਾਂ ਸੇਮ ਪੈਰਾਮੀਟਰ ਦੇ ਵਿੱਚ ਇਹ ਭਾਈ ਸਾਹਿਬ ਰਿਜੈਕਟ ਹੋ ਗਏ ਹੈ, ਐਂਡ ਹੀ ਸੇਇੰਗ ਮੇਰੇ ਕੋਲ ਫੰਡਿੰਗ ਵੀ ਸੀਗਾ ਐਂਡ ਪ੍ਰੋਪਰਟੀ ਵੀ ਸੀ। ਕੀ ਰੀਜ਼ਨ ਹੋ ਸਕਦਾ ਜਿਹੜੇ 3 ਮੋਟੇ ਰੀਜ਼ਨ ਲਿਖੇ ਆਏ? ਦੈਟ ਇਜ਼ ਆਈ ਐਮ ਨੋਟ ਸੈਟਿਸਫਾਈਡ ਦੈਟ ਯੂ ਵਿਲ ਲੀਵ ਕੈਨੇਡਾ ਐਟ ਦ ਐਂਡ ਆਫ ਯੋਰ ਸਟੇ ਐਜ਼ ਰਿਕੁਆਇਰਡ ਬਾਈ 2161 ਕਲੋਜ਼। The purpose of your visit to Canada is not consistent with the temporary stay given in details you have provided in your application. Hun aa do clauses apa pichle refusal de vich bahut dekhe hain, fir chahe oh student visa hove, fir oh dependent visa hove. The third clause, the compensation monetary or other indicated in your job offer and your assets and financial situation are insufficient to support the stated purpose of travel for yourself and the accompanying family members if applicable. This is a new refusal point. Refusal point, that means jo filing de vich paper lagya siga tuhadi job de regarding, tuhade asset report de regarding, financial ready asset tusi report lanne ho apni application de vich to prove to the visa officer that tuhade kol sustainable property investments and ethe cheeza hegiyan ne ਇੰਡੀਆ ਦੇ ਵਿੱਚ, ਤਾਂ ਕਿ ਤੁਹਾਡੇ ਵਾਪਸ ਆਉਣ ਦੇ ਕਾਰਨ ਵੱਧ ਜਾਂਦੇ ਨੇ, ਕਿਉਂਕਿ ਤੁਸੀਂ ਟੈਂਪਰਰੀ ਵੀਜ਼ੇ ਉੱਤੇ ਓਪਨ ਵਰਕ ਪਰਮਿਟ ਅਪਲਾਈ ਕਰਦੇ ਪਏ ਹੋ, ਟੈਂਪਰਰੀ ਵੀਜ਼ਾ। ਇਹ ਉਹਨੂੰ ਇਨਸਫੀਸ਼ੀਐਂਟ ਲੱਗੀਆਂ। ਖੈਰ ਇਹ ਚੀਜ਼ ਆਣੀ ਸੀਗੀ ਕਿਉਂਕਿ ਕਿਤੇ ਕਿਤੇ ਬਹੁਤ ਸਾਰੇ ਲੋਕਾਂ ਨੇ ਫਾਈਲਿੰਗ ਨੂੰ ਇੱਕ ਮਜ਼ਾਕ ਬਣਾ ਕੇ ਸਮਝਿਆ ਸੀ, ਕਾਗਜ਼ ਇਕੱਠੇ ਕੀਤੇ ਤੇ ਲੱਗ ਗਿਆ। ਇਟ ਇਜ਼ ਨੋਟ ਲਾਈਕ ਦੈਟ। ਫਾਈਲ ਨੀਡਸ ਅ ਪ੍ਰੋਪਰ ਪ੍ਰੈਜੈਂਟੇਸ਼ਨ। ਇਹ ਤਾਂ ਚਲੋ ਇਹਨਾਂ ਦੇ ਜਿਹੜੇ ਫੰਡਿੰਗ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਦੱਸਿਆ ਇਹਨਾਂ ਨੇ ਸਾਡੇ ਕੋਲ 7 ਲੱਖ ਰੁਪਇਆ ਫੰਡ ਖਾਤਿਆਂ ਸੀਗਾ ਐਂਡ ਸੋ ਆਨ। ਇਸ ਤੋਂ ਅਗਲਾ ਸਵਾਲ ਜਿਹੜਾ ਹੈਗਾ ਸੇਮ ਰਿਜੈਕਸ਼ਨ, ਸੇਮ ਪੁਆਇੰਟਰਸ, ਬਟ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਕਪੈਸਿਟੀ ਹੈ ਦੈਟ ਇਜ਼ ਇੰਟਾਇਰਲੀ ਡਿਫਰੈਂਟ। 8.5 ਕਰੋੜ ਦੀ ਪ੍ਰੋਪਰਟੀਜ਼ ਐਂਡ ਤਕਰੀਬਨ 25 ਲੱਖ ਰੁਪਇਆ ਲੀਕੁਡ ਐਸੈਟ, ਸੇਮ ਪੁਆਇੰਟ ਉੱਤੇ ਰਿਫਿਊਜ਼ ਹੋਣਾ। ਐਪਲੀਕੇਸ਼ਨ ਜਿਹੜੇ ਇਹਨਾਂ ਦੀ ਵਾਈਫ ਹੈ, ਸ਼ੀ ਇਜ਼ ਡੂਇੰਗ ਮਾਸਟਰਸ ਇਨ ਕੈਨੇਡਾ, ਆਪਣੇ ਜਨਵਰੀ ਇਨਟੇਕ ਦੇ ਵਿੱਚ ਗਏ ਸੀਗੇ ਐਂਡ ਹੁਣ ਉਹਨਾਂ ਦਾ ਡਿਪੈਂਡੈਂਟ ਵੀਜ਼ਾ ਰਿਫਿਊਜ਼ ਹੋਇਆ। ਵੈਲ, ਇੱਕ ਚੀਜ਼ ਧਿਆਨ ਦੇ ਜ਼ਰੂਰ ਦੇਣਾ, ਜੇ ਉੱਥੇ ਕੈਨੇਡਾ ਨੇ ਕੈਪਿੰਗ ਇੰਟਰੋਡਿਊਸ ਕੀਤੀ ਹੈ, ਕੈਪਿੰਗ ਬਾਏ ਫਾਰ ਹਰ ਕੰਟਰੀ ਦੀ ਹੁੰਦੀ ਹੈ, ਕੋਈ ਕਹੇ ਜਾਂ ਨਾ ਕਹੇ, ਇਟ ਵਰਕਸ ਔਨ ਕੋਟਾ ਐਂਡ ਕੈਲਕੂਲੇਸ਼ਨ, ਕਿਉਂਕਿ ਹਰੇਕ ਨੇ ਆਪਣਾ ਇੱਕ ਹਿਸਾਬ ਬਣਾਇਆ ਹੁੰਦਾ ਜਿਹਦੇ ਕਰਕੇ ਉਹ ਐਪਲੀਕੈਂਟ ਲੈਂਦੀ ਹੈ। ਕੈਨੇਡਾ ਵਾਜ਼ ਵੈਰੀ ਵੋਕਲ ਟੂ ਸਟੇ ਦਿਸ, ਤਾਂ ਉਹਨਾਂ ਨੂੰ ਇੰਨਾ ਕੁ ਪੁਆਇੰਟ ਵੀ ਜੇ ਦਊਂਗੇ ਨਾ ਫਾਈਲ ਦੇ ਵਿੱਚ ਦੈਟ ਉਹਨਾਂ ਨੂੰ ਲੱਗੇ ਇਹ ਕਮੀ ਹੈ, ਐਂਡ ਵੀਜ਼ਾ ਆਫੀਸਰ ਬਾਏ ਫਾਰ ਇਜ਼ ਨੋਟ ਰਿਸਪੋਂਸੀਬਲ, ਔਰ ਉਹਨਾਂ ਦੀ ਰਿਸਪੋਂਸੀਬਿਲਿਟੀ ਜਾਂ ਅਕਾਊਂਟੇਬਿਲਿਟੀ ਬਿਲਕੁਲ ਨਹੀਂ ਹੈਗੀ ਤੁਹਾਨੂੰ ਕਾਗਜ਼ ਮੰਗਣਾ, ਤੁਹਾਡੇ ਤੋਂ ਕਾਗਜ਼ ਮੰਗਣਾ ਜੋ ਤੁਸੀਂ ਦੇ ਦਿੱਤਾ ਆਪਣੀ ਫਾਈਲ ਵਾਸਤੇ, ਉਹਦੇ 'ਤੇ ਬੇਸ 'ਤੇ ਹੀ ਉਹ ਡਿਸੀਜਨ ਲੈਣ ਦਾ ਰਾਈਟ ਰੱਖਦਾ ਹੈਗਾ। ਜਿਸ ਕਾਗਜ਼ਾਂ ਨਾਲ ਉਹ ਡਿਸੀਜਨ ਲਏਗਾ ਉਹਨਾਂ ਲਈ ਤੁਹਾਡੀ ਕ੍ਰੈਡੀਬਿਲਿਟੀ ਉਹ ਉਹਨੇ ਕਾਗਜ਼ਾਂ ਦੀ ਹੈਗੀ ਹੈ। ਤਾਂ ਤੁਹਾਡੇ ਕੋਲ ਚਾਹੇ ਕਰੋੜਾਂ ਦੀ ਪ੍ਰੋਪਰਟੀ ਹੋਵੇ, ਕਰੋੜਾਂ ਦੇ ਐਸੈਟ ਪਏ ਹੋਣ, ਜਦ ਤੱਕ ਤੁਸੀਂ ਉਹਨੂੰ ਚੰਗੀ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰੋਗੇ, ਇਟ ਵਿਲ ਨਾਟ ਹੈਲਪ ਯੂ ਇਨ ਗੈਟਿੰਗ ਦ ਸਕਸੈਸਫੁਲ ਵੀਜ਼ਾ ਐਪਲੀਕੇਸ਼ਨ। ਓਵਰ ਕੌਨਫੀਡੈਂਸ ਹੋਣਾ ਐਂਡ ਲੈਕ ਆਫ ਇਨਫੋਰਮੇਸ਼ਨ ਹੋਣਾ, ਇੱਕੋ ਮੇਰੀ ਦੁਨੀਆ 'ਚ ਇੱਕੋ ਚੀਜ਼ ਗਿਣੀ ਜਾਂਦੀ ਹੈਗੀ, ਇੱਕੋ ਡਿਫਰੈਂਟ ਚੀਜ਼ਾਂ ਨਹੀਂ ਹੈਗੀਆਂ। ਤਾਂ ਪਲੀਜ਼, ਜੇ ਤੁਸੀਂ ਆਪਣੀ ਓਪਨ ਵਰਕ ਪਰਮਿਟ ਫਾਈਲ ਲਾਉਣ ਲੱਗੇ ਹੋ,
ਕਾਇੰਡਲੀ ਉਹਨੂੰ ਇਹ ਜੀ ਪ੍ਰਿਪੇਅਰ ਕਰੋ ਇਹ ਮੰਨ ਕੇ ਵੀਜ਼ਾ ਆਫਿਸਰ ਨੂੰ ਕੁਛ ਨਹੀਂ ਪਤਾ, ਉਹਨੇ ਤੁਹਾਡੇ ਕਾਗਜ਼ਾਂ ਦੇ ਬੇਸ ਤੇ ਚਾਹੇ ਉਹ 20 ਕਾਗਜ਼ ਹੈ ਜਾਂ 40 ਕਾਗਜ਼ ਹੈ ਤੁਹਾਡਾ ਡਿਸੀਜਨ ਲੈਣਾ ਐਪਲੀਕੇਸ਼ਨ ਦਾ। ਜੇ ਅੱਜ 12 ਹਫ਼ਤੇ ਲੱਗਦੇ ਪਏ ਐਪਲੀਕੇਸ਼ਨ ਦੇ ਤੇ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ, ਦੈਟ ਮੀਨ ਤੁਸੀਂ 3 ਮਹੀਨੇ ਹੋਰ ਦੂਰ ਹੋ ਗਏ ਹੋ ਆਪਣੇ ਪਾਰਟਨਰ ਕੋਲ ਪਹੁੰਚਣ ਵਾਸਤੇ। ਤਾਂ ਪਹਿਲੀ ਗੋ ਦੇ ਵਿੱਚ ਹੀ ਕਾਇੰਡਲੀ ਫਾਈਲ ਨਾਲ ਲਾਵੋ, ਕਿਉਂਕਿ ਮਾਸਟਰਸ ਦੇ ਵਿੱਚ ਤੁਹਾਨੂੰ ਪਰਮਿਸ਼ਨ ਮਿਲਦੀ ਹੈ ਫਰੋਮ ਦਾ ਹਾਈ ਕਮਿਸ਼ਨ ਟੂ ਪੁੱਲ ਦਾ ਫਾਈਲ ਐਂਡ ਟੂ ਗੈਟ ਦਾ ਫਾਈਲ ਲੌਜਡ ਇੱਕੋ ਸਮੇਂ ਤੇ ਇੱਕੋ ਟਾਈਮ ਦੇ ਉੱਤੇ ਆਪਣੇ ਪਾਰਟਨਰ ਦੇ ਨਾਲ। ਉਹਨਾਂ ਨੇ ਲਾਸਟ ਅਗਸਤ ਦੇ ਵਿੱਚ ਕਿਹਾ ਸੀਗਾ ਇਹ, ਵੀ ਵੁੱਡ ਹਾਈਲੀ ਰਿਕਮੈਂਡ ਫਾਈਲਾਂ ਇਕੱਠੀਆਂ ਲਾਓ, ਸਾਡਾ ਕੰਮ ਘੱਟਦਾ ਐਜ਼ ਅ ਹਾਈ ਕਮਿਸ਼ਨ। ਤਾਂ ਆਈ ਡੋਂਟ ਨੋ ਇਹ ਨਵੇਂ ਰੈਗੂਲੇਸ਼ਨ ਦੇ ਹੇਠਾਂ ਕਰਕੇ ਵੀ ਇਹ ਅਲੱਗ ਅਲੱਗ ਕਿਉਂ ਗਏ। ਐਨੀਵੇਜ਼, ਤਾਂ ਇਹ ਦੂਸਰਾ ਹੈਗਾ, ਤੁਸੀਂ ਅੱਜ ਮਾਸਟਰਸ ਵਾਸਤੇ ਫਾਈਲ ਨਾਲ ਲਾ ਸਕਦੇ ਹੋ, ਲਾਣੀ ਚਾਹੀਦੀ ਹੈਗੀ ਹੈ, ਕਿਉਂਕਿ ਬਾਅਦ ਦੇ ਵਿੱਚ ਇਹੋ ਜਿਹੀ ਵਿੰਡੋ ਆ ਜਾਂਦੀ ਹੈ। ਅੱਛਾ, ਜਿੰਨੇ ਵੀ ਲੋਕੀ ਇਹ ਕਹਿੰਦੇ ਆ ਦੈਟ 3 ਮਹੀਨੇ ਬਾਅਦ ਲਾਵਾਂਗੇ, ਵਾਈਫ ਪੜ੍ਹ ਲਵੇ, ਇਹ ਹੋ ਜਾਵੇ, ਇਹ ਉਹਨਾਂ ਦਾ ਨਤੀਜਾ ਹੈਗਾ ਦੈਟ ਵਾਈਫ ਪੜ੍ਹਦੀ ਵੀ ਪਈ ਹੈ ਮਾਸਟਰਸ ਦੇ ਵਿੱਚ, ਫਿਰ ਵੀ ਵੀਜ਼ਾ ਰਿਜੈਕਟ ਹੋ ਗਿਆ ਇਹਨਾਂ ਕਾਰਨਾਂ ਦੇ ਉੱਤੇ। ਤਾਂ ਦੈਟ ਇਜ਼ ਅ ਸੈਪਰੇਟ ਇਸ਼ੂ, ਉਹ ਇਨਵਾਈਟੀ ਦੀ ਕ੍ਰੈਡੀਬਿਲਿਟੀ ਆਪਣੇ ਚੈੱਕ ਆਪਣੇ ਆਪ ਚੈੱਕ ਕਰ ਲੈਂਦੇ ਨੇ, ਦੈਟ ਇਜ਼ ਨੋਟ ਅ ਪ੍ਰੋਬਲਮ। ਥਰਡ, ਇੱਕ ਰੀਸੈਂਟ ਮੇਲ ਆਇਆ ਜਿਹਦੇ ਵਿੱਚ ਕੁਐਸਚਨ ਕੀ ਸੀਗਾ, ਮੇਰੇ ਕੋਲ ਮਈ 2025 ਦਾ LOA ਹੈਗਾ, ਮਈ 2025 ਦਾ, ਮੈਂ ਕਿੰਨੀ ਜਲਦੀ ਪਹਿਲਾਂ ਵੀਜ਼ਾ ਲੈ ਕੇ ਉੱਥੇ ਜਾ ਸਕਦਾ। ਐਂਡ ਆਈ ਵਾਜ਼ ਰੀਅਲੀ ਅਮੇਜ਼ਡ, ਮਈ 2025 ਦੈਟ ਮੀਨ ਅਪਰੋਕਸੀਮੇਟਲੀ 9 ਮਹੀਨੇ ਬਾਅਦ ਦੀ ਡੇਟ ਦੀ ਪੜ੍ਹਾਈ ਸ਼ੁਰੂ ਹੋਣ ਲੱਗੀ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕੀਤਾ ਅਤੇ ਅੱਜ ਤੁਸੀਂ ਵੀਜ਼ਾ ਫਾਈਲ ਲਾ ਕੇ ਲਾਓਗੇ ਨਹੀਂ ਲਾਓਗੇ ਉਹ ਸੈਪਰੇਟ ਕੰਸਰਨ ਹੈ, ਬਟ ਵਾਈ ਮਈ 2025, ਵਾਈ ਨੋਟ ਸਪਟੈਂਬਰ 2024, ਵਾਈ ਨੋਟ ਜਨਵਰੀ 2024, ਵਾਈ 2025? ਕਿਉਂਕਿ ਮੇਰੇ ਦੋ ਡਰ ਬੜੇ ਸਾਫ ਸਾਫ, ਜੇ PGWP ਵਾਲੇ ਚੇਂਜਸ ਇੰਪਲੀਮੈਂਟ ਹੁੰਦੇ ਨੇ ਤੇ ਤੁਸੀਂ ਕਿ 1 ਸਾਲ ਦੇ PGWP ਰੈਗੂਲੇਸ਼ਨ ਦੇ ਵਿੱਚ ਕੰਸਿਡਰ ਹੋਵੋਗੇ ਜਾਂ 3 ਸਾਲ ਦੇ ਵਿੱਚ ਹੋਵੋਗੇ, ਦੈਟ ਆਈ ਡੋਂਟ ਨੋ, ਕਿਉਂਕਿ ਉਹਦੀ ਇੱਕ ਵਿੰਡੋ ਹੈ ਜੋ ਆਪਾਂ ਐਂਡ ਵਿੱਚ ਡਿਸਕਸ ਕਰਾਂਗੇ, ਇੱਕ ਕਲੋਜ਼ ਹੁੰਦਾ ਉੱਥੇ ਇੱਕ, ਦੈਟ ਆਈ ਵਿਲ ਡਿਸਕਸ ਦੈਟ ਲੇਟਰ ਵਿਦ ਯੂ ਬਾਏ ਦਾ ਐਂਡ। ਤੇ ਅੱਜ ਤੁਸੀਂ ਮਈ 25 ਤੱਕ ਵੇਟ ਕਿਸ ਚੀਜ਼ ਦੀ ਕਰ ਰਹੇ ਹੋ? ਤੁਸੀਂ ਆਲਰੇਡੀ GIC ਕਰਤਾ, ਆਲਰੇਡੀ ਉੱਥੇ ਫੀਸ ਭੇਜਤੀ, ਦੈਟ ਮੀਨ 25-26 ਲੱਖ ਰੁਪਇਆ ਇਨਵੈਸਟ ਕਰਤਾ ਉੱਥੇ, ਵਟ ਆਰ ਯੂ ਵੇਟਿੰਗ ਫੋਰ ਐਂਡ ਵਾਈ ਆਰ ਯੂ ਵੇਟਿੰਗ ਫੋਰ ਦੈਟ? ਕਾਇੰਡਲੀ ਆਪਣੀ ਯੂਨੀਵਰਸਿਟੀ ਨੂੰ ਕਹਿ ਕੇ ਜੇ ਤਾਂ ਪ੍ਰੋਗਰਾਮ ਪ੍ਰੀਪੋਨ ਕਰਾਓ, ਜੇ ਪ੍ਰੋਗਰਾਮ ਪ੍ਰੀਪੋਨ ਨਹੀਂ ਹੁੰਦਾ, ਜੇ ਸੀਟ ਨਹੀਂ ਮਿਲਦੀ, ਤਾਂ ਉਸੇ ਮਿਲਦੇ ਜੁਲਦੇ ਕੋਰਸ ਦੇ ਵਿੱਚ ਆਪਣੇ ਆਪ ਨੂੰ ਨੈਕਸਟ ਅਵੇਲੇਬਲ ਇਨਟੇਕ ਦੇ ਵਿੱਚ ਐਪਲੀਕੇਸ਼ਨ ਦਰਜ ਕਰਾਓ, ਕਿਉਂਕਿ ਆਈ ਡੋਂਟ ਨੋ ਤੁਸੀਂ 26 ਲੱਖ ਰੁਪਇਆ ਭਰ ਕੇ 8-9 ਮਹੀਨੇ ਕਿਉਂ ਵੇਟ ਕਰੋਗੇ, ਮੈਨੂੰ ਲੌਜਿਕ ਨਜ਼ਰ ਨਹੀਂ ਆਉਂਦਾ ਉਸ ਚੀਜ਼ ਦਾ। ਸੋ ਕਾਇੰਡਲੀ ਜਦ ਵੀ ਤੁਸੀਂ ਇਹੋ ਜਿਹੀ ਚੀਜ਼ ਤੇ ਜਾਂਦੇ ਹੋ, ਪਲੀਜ਼ ਆਪਸ਼ਨਸ ਵੇਖ ਕਰਕੇ ਜਾਓ, ਤੁਹਾਡਾ 8 ਮਹੀਨੇ ਦੇ ਜਿਹੜਾ ਅੰਤਰ ਹੈਗਾ ਉਹਦੇ ਵਿੱਚ ਬਹੁਤ ਵਾਰ ਰੂਲਸ ਐਂਡ ਰੈਗੂਲੇਸ਼ਨ ਚੇਂਜ ਹੋ ਸਕਦੇ ਨੇ ਜੋ ਤੁਹਾਨੂੰ ਐਪਲੀਕੇਸ਼ਨ ਲਈ ਨੈਗੇਟਿਵ ਹੋਣਗੇ, ਕਿਉਂਕਿ ਇਹ ਹੁਣ ਜਿਹੜਾ ਵੀ ਇੰਡਸਟਰੀ ਹੈ ਨਾ, ਇਹ ਓਪਰਚੁਨਿਟੀ ਦੀ ਜ਼ਿਆਦਾ ਬਣ ਗਈ ਹੈ, ਅਤੇ ਓਪਰਚੁਨਿਟੀ ਕਿਸੇ ਹੱਦ ਤੱਕ ਰਹਿੰਦੀ ਹੈ, ਸਦਾ ਬਾਹਰ ਨਹੀਂ ਰਹਿੰਦੀ, ਰੈਗੂਲੇਸ਼ਨ ਸਦਾ ਬਾਹਰ ਰਹਿੰਦਾ, ਓਪਰਚੁਨਿਟੀ ਕੁਛ ਟਾਈਮ 'ਚ ਖਤਮ ਹੋ ਜਾਂਦੀ ਹੈ। ਤਾਂ ਆਹ 3 ਮੇਨ ਕੁਐਸਚਨ ਰਿਲੇਟਿਡ ਟੂ ਕੈਨੇਡਾ PGWP ਪਲੱਸ ਓਪਨ ਵਰਕ ਪਰਮਿਟ, ਜਿਹੜੇ 2 ਕੁਐਸਚਨ ਸੀਗੇ, ਕਿਉਂਕਿ ਇਹ ਜਦ ਰਿਜੈਕਸ਼ਨ ਆਉਂਦੇ ਨੇ ਤਾਂ ਇੱਕਦਮ ਰਿਜੈਕਸ਼ਨ ਆਉਣੇ ਸ਼ੁਰੂ ਹੁੰਦੇ ਨੇ। ਆਈ ਥੋਟ ਤੁਹਾਡੇ ਨਾਲ ਰੂਬਰੂ ਹੋ ਕੇ ਇਹ ਆਪਸ਼ਨਸ ਕੰਪਲੀਟ ਕਰ ਲਿੱਤੀਆਂ ਜਾਣ, ਤਾਂ ਕਿ ਤੁਸੀਂ ਵੀ ਜੇ ਐਪਲੀਕੇਸ਼ਨ ਲਾਉਣ ਲੱਗੇ ਹੋ, ਕਾਇੰਡਲੀ ਚੰਗੀ ਤਰ੍ਹਾਂ ਚੈੱਕ ਕਰਨਾ ਕਵਰਿੰਗ ਲੈਟਰਸ, ਡੀਟੇਲਸ ਐਂਡ ਐਵਰੀਥਿੰਗ, ਦੈਟ ਵਿਲ ਹੈਲਪ ਯੂ। ਓਕੇ, ਹੁਣ ਲਾਸਟ ਜਿਹੜੇ 2 ਹਫ਼ਤਿਆਂ ਦੇ ਵਿੱਚ, ਲਾਸਟ ਹਫ਼ਤੇ 'ਚ 2 ਲਾਈਵ ਕੀਤੇ ਸੀ ਮੈਂ, ਪਹਿਲਾਂ ਵਾਜ਼ ਕੈਨੇਡਾ PGWP, ਸੈਕਿੰਡ ਵਾਜ਼ ਆਸਟ੍ਰੇਲੀਆ ਦੇ ਚੇਂਜਸ ਜਿਹੜੇ ਕਿ ਵੀਜ਼ਾ ਹੋਪਿੰਗ ਐਂਡ PR ਦੇ ਪੁਆਇੰਟ ਸਿਸਟਮ ਚੇਂਜ ਹੋ ਰਹੇ ਨੇ। ਉਹ ਦੋਨਾਂ ਕਲੋਜ਼ ਦੇ ਵਿੱਚ, ਦੋਨੋਂ ਕੰਟਰੀਜ਼ ਦੇ ਵਿੱਚ ਨਾ ਇੱਕ ਵਰਡ ਦਿੱਤਾ ਹੋਇਆ ਸੀਗਾ, ਗ੍ਰੈਂਡ ਫਾਦਰ ਕਲੋਜ਼। ਕਿਸੇ ਨੇ ਮੈਨੂੰ ਮੇਲ ਕਰਕੇ ਪੁੱਛਿਆ, ਆਈ ਡਿਡਨਟ ਟੈਲ ਗ੍ਰੈਂਡ ਫਾਦਰ ਕਲੋਜ਼ ਹੁੰਦਾ ਕੀ ਹੈ, ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ, ਅੱਜ ਦੱਸ ਦਿੰਦਾ ਗ੍ਰੈਂਡ ਫਾਦਰ ਕਲੋਜ਼ ਹੁੰਦਾ ਕੀ ਹੈ। ਗ੍ਰੈਂਡ ਫਾਦਰ ਕਲੋਜ਼ ਇਜ਼ ਵੈਰੀ ਸਿੰਪਲ, ਇਹ ਉਹ ਕਲੋਜ਼ ਹੈ ਜਿਹਦੇ ਵਿੱਚ ਜਿਹੜਾ ਕਰੰਟ ਬੱਚਾ ਉੱਥੇ ਪੜ੍ਹਦਾ ਪਿਆ ਉਹ ਉਸ ਨਵੇਂ ਰੈਗੂਲੇਸ਼ਨ ਦੇ ਹੇਠਾਂ ਨਹੀਂ ਆਉਂਦਾ। ਇੱਥੇ ਮੈਂ ਐਗਜ਼ਾਮਪਲ ਦਿੰਦਾ, PGWP ਵਾਲਾ ਜਿਹੜਾ ਚੇਂਜ ਅਨਾਊਂਸ ਹੋਇਆ ਸੀਗਾ ਉਹਦੇ ਵਿੱਚ ਇੱਕ ਪੁਆਇੰਟ ਦੇ ਵਿੱਚ ਲਿਖਿਆ ਸੀਗਾ, ਜਿਸ ਵਿੱਚ ਗਵਰਨਮੈਂਟ ਨੇ ਪ੍ਰੋਵਿੰਸਿਸ ਨੂੰ ਪੁੱਛਿਆ ਸੀ, ਜੇ ਅਸੀਂ ਇਹ ਆਪਣਾ ਚੇਂਜ ਕਰਦੇ ਹਾਂ PGWP ਦਾ, ਸਰ ਅਸੀਂ ਇਹ ਚੇਂਜ ਫਰੋਮ ਦਾ ਡੇਟ ਆਫ ਇੰਪਲੀਮੈਂਟੇਸ਼ਨ ਕਰ ਦਈਏ, ਜਾਂ ਉਹ ਬੱਚਿਆਂ ਨੂੰ ਗ੍ਰੈਂਡ ਫਾਦਰ ਕਲੋਜ਼ ਦੇ ਹੇਠਾਂ ਲੈ ਲਈਏ ਜਿਹੜਾ ਅੱਜ ਉੱਥੇ ਪੜ੍ਹਦਾ ਪਿਆ ਹੈਗਾ। ਦੈਟ ਮੀਨ ਜਿਹੜਾ ਬੱਚਾ ਪੜ੍ਹ ਰਿਹਾ ਉਹਨੂੰ ਨਵੇਂ PGWP ਚੇਂਜਿਸ ਦਾ
ਕੋਈ ਵੀ ਹਾਰਮ ਨਹੀਂ ਹੋਏਗਾ। ਵੈਲ ਇਹਦਾ ਡਿਸੀਜਨ ਆਉਣਾ ਬਾਕੀ ਹੈ, ਬਟ ਦੈਟ ਇਜ਼ ਵਟ ਗ੍ਰੈਂਡਫਾਦਰ ਕਲੋਜ਼ ਮੀਨਸ ਇਨ ਇਮੀਗ੍ਰੇਸ਼ਨ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਉਹ ਬੱਚਿਆਂ ਨੂੰ ਗ੍ਰੈਂਡਫਾਦਰ ਕਲੋਜ਼ ਦੇ ਹੇਠਾਂ ਲਿਆਇਆ ਜਾਵੇ ਜਿਹੜੇ ਅੱਜ ਉੱਥੇ 485 ਦੇ ਉੱਪਰ ਹੈਗੇ ਨੇ, ਕਿਉਂਕਿ ਇੰਨੇ ਸਾਰੇ ਰੈਗੂਲੇਸ਼ਨ ਚੇਂਜ ਕੋਈ ਇੱਕਦਮ ਐਕਸੈਪਟ ਨਹੀਂ ਕਰ ਪਾਊਗਾ। ਦੈਟ ਵਿਲ ਨੋਟ ਸੋਰੀ ਪੂਅਰ ਕਨੈਕਸ਼ਨ, ਆਈ ਹੋਪ ਜਿਹੜੇ ਆ ਤਿੰਨ ਸਵਾਲ ਅੱਜ ਆਪਾਂ ਡਿਸਕਸ ਕੀਤੇ ਨੇ ਦਿਸ ਵਿਲ ਹੈਲਪ ਯੂ ਇਨ ਗੈਟਿੰਗ ਯੋਰ ਵੀਜ਼ਾ ਫਾਈਲ ਚੰਗੀ ਤਰ੍ਹਾਂ ਪ੍ਰਿਪਰੇਸ਼ਨ ਵਾਸਤੇ। ਥੈਂਕ ਯੂ ਵੈਰੀ ਮੱਚ, ਹੈਵ ਅ ਲਵਲੀ ਆਫਟਰਨੂਨ।